हेलो दोस्तों, मैं हाँ वर्षक का स्वागत करता हूँ तुहाडा मेरे चैनल कंप्लीट ट्यूब पर। अज की वीडियो एक सीरीज होने जा रही है जिसे विच मैं तुहानू अमृतसर की नाइट लाइफ के बारे एक्सप्लोर करांगा ते दसांगा। बहुत सारी वीडियो अमृतसर शहर के बारे यूट्यूब पे देखी होनी ने, बट इस टाइम से मेरे साथ में कोई वीडियो एड्डी खास है नहीं है जिड़ी इनफॉरमेशन तुम पूरी दे कि रात के 1:30 बजे अमृतसर में कितने जाके खा पी सकते हो या कितने एक्सप्लोर कर सकते हो वधिया फूड। तो इस वीडियो के थ्रू तुम मैं हम उसे एक शॉप से लैके जावगा जिथे तुम अपना भी मतलब वधिया पैसे दे के वधिया फूड खा सकते हो। चलो चलते हैं, लेट्स गो। ਅਸੀਂ ਹੁਣ ਆਪਣੀ ਮੰਜ਼ਿਲ ਅੱਜ ਦੀ ਤੇ ਪਹੁੰਚ ਚੁੱਕੇ ਆ ਯਮੀ ਫੂਡ ਐਂਡ ਕੈਫੇ ਤੇ ਤੇ ਭਾਜੀ ਉਹਨਾਂ ਨਾਲ ਗੱਲ ਕਰਦੇ ਆ ਤੇ ਖਾਣੇ ਆ ਤੁਸੀਂ ਕੀ ਹੈ ਨਾ ਕੋ ਅਵੇਲ ਹੋਰ ਕੀ ਹਾਲ ਹੈ ਭਾਜੀ? ਬਹੁਤ ਵਧੀਆ ਨਾ ਭਾਜੀ, ਆਪਣਾ ਫਾਤਿਰ ਸਿੰਘ ਭਾਈ ਕੀ ਖਵਾ ਰਹੇ ਭਾਜੀ ਤੁਸੀਂ ਸਾਨੂੰ? ਭਾਜੀ ਇਹ ਤਾਂ ਆਪਾਂ ਪਾਸਤਾ ਮੰਗਵਾਉਣਾ ਵਾਈਟ ਸੌਸ ਐਂਡ ਟੂ। ਠੀਕ ਹੈ ਭਾਜੀ, ਤੇ ਇੱਕ ਬਰਗਰ ਵਿੱਚ ਦਾ ਆਪਣਾ ਦੱਸ ਦਿਓ ਜੀ ਕਿਹੜਾ ਖਾਣੇ ਬਰਗਰ ਵਿੱਚ ਸਰ ਆਪਾਂ ਤਾਂ ਮੰਗਵਾਉਂਗੇ ਗਾਰਡਨ ਦਾ ਹੀ ਭਾਜੀ। ਠੀਕ ਹੈ ਭਾਜੀ, ਤੇ ਭਾਜੀ ਇੱਕ ਫਿਰ ਮੈਨੂੰ ਨਾਲ ਵੈਜ ਹੀ ਰੱਖ ਦਿਓ। ਓਕੇ ਸਰ, ਠੀਕ ਹੈ ਭਾਜੀ। ਤੋ ਸਾਡਾ ਫੂਡ ਸਾਡੇ ਕੋਲ ਆ ਚੁੱਕਿਆ ਹੈ ਤੇ ਚਲੋ ਇਹਦਾ ਦੀ ਟੇਸਟਿੰਗ ਕਰਦੇ ਆ। ਸਭ ਤੋਂ ਪਹਿਲਾਂ ਤੇ ਪਾਸਤਾ ਦੀ ਭਾਜੀ ਰਾਤ ਦੇ 2 ਵਜੇ ਇਹ ਟੇਸਟ ਮਿਲ ਰਿਹਾ ਹੈ ਨਾ ਬੈਸਟ। ਮਤਲਬ ਤੁਸੀਂ ਅੰਮ੍ਰਿਤਸਰ ਆ ਰਹੇ ਹੋ ਤੇ ਇਸ ਕੈਫੇ ਤੇ ਜ਼ਰੂਰ ਆਇਓ। ਯਮੀ ਫੂਡਸ ਐਂਡ ਕੈਫੇ ਲੋਕੇਸ਼ਨ ਹੈਗੀ ਆ ਸਟਾਰਬਕਸ ਦੇ ਬਿਲਕੁਲ ਆਪੋਜ਼ਿਟ। ਤੇ ਬਾਕੀ ਗੱਲ ਕਰਦੇ ਆ ਟੇਸਟਿੰਗ ਤੋਂ ਬਾਅਦ। ਸੋ ਅਸੀਂ ਆਪਣਾ ਫੂਡ ਖਤਮ ਕਰ ਚੁੱਕੇ ਹਾਂ ਅਤੇ ਬਰਗਰ ਬਹੁਤ ਵਧੀਆ ਸੀ, ਰੈਪ ਵੀ ਵਧੀਆ ਸੀ ਅਤੇ ਪਾਸਤਾ ਵੀ ਵਧੀਆ ਸੀ ਅਤੇ ਇਹਨਾਂ ਦੇ ਪ੍ਰਾਈਸਿਸ ਵੀ ਰੀਜ਼ਨੇਬਲ ਸੀ। ਤੁਸੀਂ ਵੀਡੀਓ ਨੂੰ ਪਾਊਜ਼ ਕਰਕੇ ਦੇਖ ਸਕਦੇ ਹੋ ਕਿ ਮੈਨਿਊ ਮੈਂ ਉੱਪਰ ਪਾ ਦਿੱਤਾ ਹੋਇਆ ਵਾ, ਦੇਖ ਲਿਓ। ਅਤੇ ਮੈਂ ਇੱਥੋਂ ਦੀ ਲੋਕੇਸ਼ਨ ਡਿਸਕ੍ਰਿਪਸ਼ਨ ਵਿੱਚ ਲਿੰਕ ਪਾ ਦਾਂਗਾ ਕਿ ਤੁਹਾਨੂੰ ਦਿੱਕਤ ਨਾ ਪਏਗੀ। ਅਤੇ ਇਹ ਸ਼ੋਪ 24 ਆਵਰ ਓਪਨ ਆ ਅਤੇ ਜਦੋਂ ਮਰਜ਼ੀ ਆ ਗਿਆ ਇੱਥੋਂ ਆ ਗਿਆ ਤੁਸੀਂ ਆਪਣਾ ਫੂਡ ਇੰਜੋਏ ਕਰੋ। ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਲਾਈਕ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਨਾਲ। ਹੈਵ ਅ ਗੁੱਡ ਡੇ।